ਸਾਰਿਆਂ ਨੇ ਆਪਣੀ ਪਾਰਟੀ ਨੂੰ ਵੱਧ ਚੜ ਕੇ ਵੱਧ ਤੋਂ ਵੱਧ ਸਪੋਰਟ ਕਰਨੀ ਹੈ, ਆਪਣੀ ਪਾਰਟੀ ਨੂੰ ਅੱਗੇ ਲੈ ਕੇ ਆਉਣਾ। ਹਲੋ ਹਲੋ ਦਿਲ ਨੂੰ ਇਹਦਾ ਖੁੱਲ ਗਿਆ ਗਿਆ। कोई गल नहीं बई जी, एक बार अपनी सरकार आने दो, आ बदलना बुदलना तो अपने घस का कमाल आ। वो कोई नहीं तुसी घबराओ ना, आप सारे मसले हल करवा देंगे। ठीक ठाक हो सारे? उस तो पहले मैं थोड़ा धन्यवाद कर दें। अच्छा, जिस तरह सानू पता ही है भी हुण इलैक्शन का समा है, आप एकजुट हो के सारे ने भी इलैक्शन जोड़ा है तुसी साथ निभाना, साडा तुसी साडे नाल खड़ोगे अज की घड़ी दे विच तां आउंदे समें तक असीं भी तुहाडे नाल खड़ांगे। ते समें तो समा कढ के साडे जिहड़े नौजवान आ यूथ पावर आ इन्हां ने वध तो वध वध चढ़ के जिहड़ा हैगा साथ देना, एकजुट हो के आपां चलना, अपनी सरकार अपनी पार्टी नूं आपां वध तो वध पावर देनी आ, आपां अगे लैके आउणा। ਤੁਹਾਡੀ ਸੁਣਵਾਈ ਹੋਊਗੀ, ਤੁਹਾਡੇ ਕੰਮਕਾਰ ਵੀ ਹੋਣਗੇ, ਤੁਸੀਂ ਨਾਲ ਖੜੋਗੇ ਤਾਂ ਅਸੀਂ ਵੀ ਤੁਹਾਡੇ ਨਾਲ ਅੱਜ ਖੜੇ ਹਾਂ, ਆਉਂਦੇ ਸਮੇਂ ਤੱਕ ਵੀ ਖੜਾਂਗੇ। ਕੋਈ ਗੱਲ ਨਹੀਂ ਬਾਈ ਜੀ, ਅਸੀਂ ਤੁਹਾਡੇ ਨਾਲ ਖੜੇ ਹਾਂ, ਪੂਰੀ ਫੁੱਲ ਸਪੋਰਟ ਆ ਤੁਹਾਨੂੰ। ਬਾਈ ਜੀ, ਸਾਡੀ ਇੱਕ ਬੇਨਤੀ ਹੈ, ਪੀ ਏ ਸਾਹਿਬ ਨੂੰ ਕਹਿ ਦਿਓ ਸਾਡਾ ਫੋਨ ਚੱਕ ਲਿਆ ਕਰਨ। ਠੀਕ ਆ, ਕੋਈ ਗੱਲ ਨਹੀਂ, ਕਹਿ ਦੇਣਾ। ਸ਼ਿੰਦੇ, ਹਾਂਜੀ ਹਾਂਜੀ, ਕੰਪਲੇਨ ਆਉਂਦੀ ਆ, ਦੇਖੋ ਫੋਨ ਚੱਕਿਆ ਕਰੋ, ਕਈ ਵਾਰ ਕੋਈ ਐਮਰਜੈਂਸੀ ਹੁੰਦੀ ਆ, ਇਹਨਾਂ ਦਾ ਫੋਨ ਚੱਕ ਲਿਆ ਕਰੋ। ਨਾ ਨਾ, ਕੋਈ ਨਹੀਂ ਬਾਈ ਜੀ, ਚੱਕ ਲਿਆ ਕਰੇ ਫੋਨ, ਗੱਲ ਨਹੀਂ, ਕੋਈ ਗੱਲ ਨਹੀਂ, ਮਿਹਰਬਾਨੀ। ਠੀਕ ਹੈ, ਬਾਈ ਬੰਦਾ ਤਾਂ ਇਹ ਠੀਕ ਹੈ ਜੀ, ਆਪਾਂ ਕਰਕੇ ਵੀਰੋ ਤੇ ਭਰਾਵੋ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਇਲੈਕਸ਼ਨਾਂ ਦਾ ਸਮਾਂ ਹੈ, ਸੋ ਤੁਸੀਂ ਸਾਰਿਆਂ ਨੇ ਆਪਣੀ ਪਾਰਟੀ ਨੂੰ ਵੱਧ ਚੜ੍ਹ ਕੇ ਵੱਧ ਤੋਂ ਵੱਧ ਸਪੋਰਟ ਕਰਨੀ ਹੈ, ਆਪਣੀ ਪਾਰਟੀ ਨੂੰ ਅੱਗੇ ਲੈ ਕੇ ਆਉਣਾ, ਤੁਹਾਡੇ ਸਾਰੇ ਮਸਲੇ ਹੱਲ ਕਰਾਂਗੇ, ਘਰ ਘਰ ਨੌਕਰੀਆਂ ਵੀ ਦੇਵਾਂਗੇ, ਸਾਰੀਆਂ ਸਹੂਲਤਾਂ ਦੇਵਾਂਗੇ। ਸੋ ਨੌਜਵਾਨਾਂ ਨੇ, ਯੂਥ ਪਾਵਰ ਨੇ ਵੱਧ ਤੋਂ ਵੱਧ ਨਾਲ ਤੁਰਨਾ, ਸਪੋਰਟ ਕਰਨੀ ਆ, ਤੁਹਾਡੇ ਹਰ ਇੱਕ ਮਸਲੇ ਦਾ ਹੱਲ ਹੋਊਗਾ, ਤੁਹਾਡੀ ਇਕੱਲੇ ਇਕੱਲੇ ਬੰਦੇ ਦੀ ਗੱਲ ਸੁਣੀ ਜਾਊਗੀ। ਮੰਤਰੀ ਸਾਹਿਬ ਜੀ, ਅਸੀਂ ਸਹੂਲਤਾਂ ਤੋਂ ਕੀ ਲੈਣਾ, ਸਾਡਾ ਤਾਂ ਮਾਲ ਪੁੱਤ ਆਉਂਦਾ ਕਰਦੇ ਹਨ। ਬਾਈ ਜੀ, ਆਪਣੇ ਜੀ ਆਪਣੀ ਬੇਨਤੀ ਸੀ ਵੀ ਆਪਣੇ ਬਾਈ ਜੀ ਖੜੇ ਹੋਏ ਆ ਵੋਟਾਂ ਚ ਐਤਕੀ, ਠੀਕ ਹੈ ਜੀ, ਤੇ ਆਪਣੀ ਪਾਰਟੀ ਨੂੰ ਵੋਟ ਪਾਉਣੀ ਆ ਤੁਸੀਂ, ਠੀਕ ਹੈ ਜੀ, ਤੇ ਨੌਕਰੀ ਪੱਕੀ ਆ, ਬਸ ਠੀਕ ਹੈ, ਕੋਈ ਚਾਹ ਪਾਣੀ? ਬਸ ਜੀ, ਬਸ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਬਾਈ ਜੀ, ਕੀ ਹਾਲ ਆ ਜੀ? ਤੇ ਬਾਈ ਜੀ, ਆਪਣੇ ਨਾ ਬਾਈ ਸਾਹਿਬ ਆਪਣੇ ਐਤਕੀ ਵੋਟਾਂ ਚ ਖੜੇ ਹੋਏ ਆ, ਤੇ ਵੋਟ ਆਪਣੀ ਪਾਰਟੀ ਨੂੰ ਪਾਉਣੀ ਆ, ਜ਼ਰੂਰ ਪਾਵਾਂਗਾ ਬਾਈ ਜੀ, ਤੇ ਆਪਾਂ ਜਿੰਨੇ ਵਾਅਦੇ ਕਰਾਂਗੇ ਸਾਰੇ ਪੂਰੇ ਨਿਭਾਵਾਂਗੇ, ਠੀਕ ਹੈ ਜੀ, ਪਾਵਾਂਗਾ ਜੀ, ਕੋਈ ਕਿਸੇ ਨੌਕਰੀ ਦੀ ਲੋੜ ਹੋਵੇ ਆਪਾਂ ਨੂੰ ਦੱਸਿਓ, ਆਪਾਂ ਸਾਰੇ ਵਾਅਦੇ ਪੂਰੇ ਕਰਾਂਗੇ, ਜ਼ਰੂਰ ਪਾਵਾਂਗਾ ਜੀ, ਚਾਹ ਪਾਣੀ ਜੀ, ਬਸ ਜੀ, ਬਸ ਕਿਰਪਾ ਪਰਮਾਤਮਾ, ਕਿਰਪਾ ਰੱਖੀ ਬਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਬਾਈ ਜੀ, ਐਤਕੀ ਆਪਾਂ ਤੁਹਾਨੂੰ ਬੇਨਤੀ ਕਰਨਾ ਹੈ ਕਿ ਆਪਣੇ ਬਾਈ ਜੀ ਵੋਟਾਂ 'ਚ ਖੜੇ ਹੋਏ ਆ, ਜ਼ਰੂਰ ਪਾਵਾਂਗੇ ਬਾਈ ਜੀ, ਤੇ ਵੋਟ ਤੁਸੀਂ ਜ਼ਰੂਰ ਪਾਉਣੀ ਆ, ਠੀਕ ਹੈ ਜੀ, ਆਪਣੇ ਘਰ ਪਰਿਵਾਰ ਦੀ ਸਾਰੀ ਵੋਟ ਆਪਣੇ ਪਾਰਟੀ ਨੂੰ ਆਉਣੀ ਚਾਹੀਦੀ ਹੈ, ਜ਼ਰੂਰ ਪਾਵਾਂਗੇ, ਠੀਕ ਹੈ ਜੀ, ਹੋਰ ਆਪਣੇ ਪਿੰਡਾਂ ਸਾਰੀਆਂ ਸਹੂਲਤਾਂ ਦੇਵਾਂਗੇ, ਬਿਜਲੀ ਆਪਾਂ ਮੁਫ਼ਤ ਕਰਾਂਗੇ ਜੀ, ਠੀਕ ਹੈ ਬਾਈ ਜੀ, ਠੀਕ ਹੈ, ਠੀਕ ਹੈ ਜੀ, ਠੀਕ ਹੈ ਬਾਈ, ਚਲੋ ਠੀਕ ਹੈ ਜੀ, ਜ਼ਰੂਰ ਪਾਵਾਂਗੇ ਬਾਈ ਜੀ, ਹੋਰ ਚਾਹ ਪਾਣੀ ਜੀ? ਬਸ ਜੀ, ਬਸ ਧੰਨਵਾਦ ਜੀ, ਖਿਆਲ ਰੱਖੋ ਇੰਨਾ ਕੁ। ਗੱਲ ਕੀ ਹੈ ਮੰਤਰੀ ਸਾਹਿਬ, ਸਾਡਾ ਪਾਣੀ ਦਾ ਕਢਾ ਦੋ। ਓ ਨੋ, ਕੋਈ ਨਹੀਂ ਬਾਈ ਜੀ, ਪਾਣੀ ਛੋਟਾ ਕਢਾ ਦਾਂਗੇ, ਕੋਈ ਨਹੀਂ, ਕੋਈ ਠੀਕ ਹੈ। ਆਜੋ ਆਜੋ ਮੰਤਰੀ ਸਾਹਿਬ। ਮੰਤਰੀ ਸਾਹਿਬ, ਹੁਣ ਤਾਂ ਤੁਸੀਂ ਜਿੱਤ ਗਏ ਜੀ, ਹੁਣ ਤਾਂ ਸਾਡਾ ਕੰਮ ਕਰੋ। ਉਹ ਕਿਹੜਾ ਕੰਮ ਭਾਈ ਕਾਕਾ, ਮੇਰੇ ਤਾਂ ਯਾਦ ਨੀ। ਕਮਾਲ ਹੈ ਜੀ, ਮੰਤਰੀ ਸਾਹਿਬ ਐਡੀ ਛੇਤੀ ਭੁੱਲ ਗਏ। ਉਹ ਭਰਾਵਾ, ਵੋਟਾਂ ਦੇ ਚਾਅ ਚ ਮੈਨੂੰ ਤਾਂ ਐਂ ਵੀ ਨੀ ਪਤਾ ਤੁਸੀਂ ਕੌਣ ਹੈ।
ਐਡਵਾਂਸ ਹੀ ਕੰਮ ਚੱਕੀ ਫਿਰਦੇ ਆ। ਹੈਲੋ ਓਏ ਵੱਡੇ ਲੀਡਰ ਨੂੰ, ਇਹਦਾ ਜੀ ਭੁੱਲ ਗਿਆ ਲੀਡਰ ਨੂੰ। ਓ ਬਾਈ ਜੀ ਮੈਂ ਤਾਂ ਮਲਾਜ਼ਮ ਆ ਜੀ, ਮੈਨੂੰ ਕਾਹਦਾ ਫੜੀ ਇਹਨੂੰ, ਮੰਤਰੀ ਨੂੰ ਫੜੋ ਯਾਰ, ਜਿਹਨੂੰ ਫੜਦਾ ਯਾਰ ਬਾਈ ਯਾਰ। ਮੈਂ ਤੁਹਾਨੂੰ ਕਿਹਾ ਸੀ ਨਾ ਸੋਚ ਸਮਝ ਕੇ ਵੋਟਾਂ ਪਾਓ। ਸਹੀ ਗੱਲ, ਉਹ ਭੱਜ ਗਿਆ ਅਗਲਾ। ਸਹੀ, ਕੀ ਕਰ ਲਾਂਗੇ ਹੁਣ? ਉਹਦਾ ਸੋਚਿਆ, ਉਦੋਂ ਸੋਚ ਰਿਹਾ ਸੀ ਸੋਚ ਸਮਝ ਕੇ ਵੋਟਾਂ ਪਾਈ ਦੀਆਂ ਹੁੰਦੀਆਂ। ਸਹੀ ਗੱਲ, ਸੋਡਿਆਂ ਦਾ ਕੱਲੀਆਂ ਉਹ ਵੋਟਾਂ ਹੀ ਲੈ ਕੇ ਗਿਆ, ਮੇਰਾ ਉਹ ਸਾਈਕਲ ਹੀ ਲੈ ਗਿਆ।